ਸਭ ਤੋਂ ਪਹਿਲਾਂ ਮੈਂ ਰੋਪੜ ਦੇ ਵਾਸੀਆਂ ਨੂੰ ਰੋਪੜ ਕਿਹਾ ਮੈਂ ਆਪ ਰੋਪੜ ਦਾ ਇਹ ਕਾਲਜ ਇੱਥੇ ਹੀ ਮੈਂ ਪੜ੍ਹਿਆ ਹੈ ਅੱਜ ਮੈਂ 40 ਸਾਲ ਤੋਂ ਬਾਅਦ ਮੈਨੂੰ ਇਹ ਸਟੇਜ ਯਾਦ ਆਇਆ ਮੇਰੇ ਪੁਰਾਣੇ ਮਿੱਤਰ ਉਹਨਾਂ ਨੂੰ ਲੱਭਦਾ ਸੀ ਮੈਂ ਕੋਈ ਕਿਤੇ ਬੈਠਾ ਸੀ ਕੋਈ ਕਿਤੇ ਬੈਠਾ ਹੁੰਦਾ ਸੀ ਤੇ ਅਸੀਂ ਛੋਟੀ ਮੋਟੀ ਪਰਫਾਰਮੈਂਸ ਕਰਦੇ ਹੁੰਦੇ ਸੀ ਉਸ ਦੌਰਾਨ ਪਰ ਕਦੇ ਇਹ ਨਹੀਂ ਸੀ ਸੋਚਿਆ ਕਿ ਅਸੀਂ ਬੰਬੇ ਚਲੇ ਜਾਵਾਂਗੇ ਇਸ ਫਿਲਮ ਲਾਈਨ ਦੇ ਵਿੱਚ ਤੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਇਸ ਕਾਲਜ ਨਾਲ ਜੁੜੀਆਂ ਔਰ ਖਾਸ ਕਰਕੇ ਇਸ ਹਾਲ ਨਾਲ ਇਸ ਸਟੇਜ ਤੇ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਪਰ ਮੇਰੀ ਅੱਜ ਇੰਨੀ ਤਬੀਅਤ ਖਰਾਬ ਹੈ ਉਹਦੇ ਬਾਵਜੂਦ ਕਿਉਂਕਿ ਇਹਨਾਂ ਬੱਚਿਆਂ ਦੇ ਨਾਲ ਸਾਡਾ ਇੰਨਾ ਕੁ ਪਿਆਰ ਹੈ ਔਰ ਸਾਡੇ ਕਹਿਣ ਦੇ ਬਾਵਜੂਦ ਇਹਨਾਂ ਨੇ ਜੋ ਕੁਛ ਵੀ ਕੀਤਾ ਇੱਥੇ ਰੋਪੜ ਇਹ ਕਿਤੇ ਕਦੇ ਮੋਹਾਲੀ ਦੇ ਬਾਰੇ ਸੋਚਦੇ ਸੀ ਅਕੈਡਮੀ ਇਹਨਾਂ ਨੇ ਇਹ ਵਿੰਗਸ ਅਕੈਡਮੀ ਸਾਡੇ ਕਹਿਣ ਦੇ ਉੱਤੇ ਖੋਲੀ ਹੈ ਔਰ ਇਹ ਕਾਫੀ ਬੱਚਿਆਂ ਨੂੰ ਮੇਰਾ ਖਿਆਲ ਹੈ ਬਹੁਤ ਕੁਛ ਦੇ ਜਾਣਗੇ ਬਹੁਤ ਟੈਲੈਂਟਡ ਨੇ ਬਹੁਤ ਅੱਛੇ ਨੇ ਡਾਊਨ ਟੂ ਅਰਥ ਵੈਰੀ ਹੰਬਲ ਪਰਸਨ ਬੋਥ ਆਰ ਥੈਂਕ ਯੂ ਵੈਰੀ ਮੱਚ ਤੁਸੀਂ ਇਵੇਂ ਹੀ ਭੀੜ ਕਰਦੇ ਰਹੋ ਥੈਂਕ ਯੂ